ਮਲਹਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੇ ਰਾਮ ਗੋਬਿੰਦ ਗੁਣ ਸਾਰੰਗ ਰਹਾਉ ਸੁਰਸਰੀ ਸਲਲ ਕਿਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਪਵਿੱਤਰ ਨਤ ਅਵਰ ਜਲ ਰੇ ਸਰਸਵਤੀ ਮਿਲਤ ਹੋਏ ਆਨੰ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤੀ ਭਗਾਓਤ ਲਿਖੀਏ ਤਹਿ ਉਪਰੇ ਪੂਜੀਏ ਕਰ ਨਮਸਕਾਰੰ ਮੇਰੀ ਜਾਤ ਕੁੱਟ ਬਾਢਲਾ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਦੇ ਕਰੇ ਡਨੌਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ ਆਪਣੇ ਕਾਸ਼ੀ ਦੇ ਰਹਿਣ ਵਾਲਿਆਂ ਨੂੰ ਪਿੰਡ ਦੇ ਰਹਿਣ ਵਾਲਿਆਂ ਨੂੰ ਏਰੀਏ ਦੇ ਰਹਿਣ ਵਾਲੇ ਲੋਕਾਂ ਨੂੰ ਜਿਹੜੇ ਉੱਚ ਜਾਤੀ ਦੇ ਪੰਡਿਤ ਵਗੈਰਾ ਨੇ ਉਹਨਾਂ ਨੂੰ ਸੰਬੋਧਨ ਕਰਦਾ ਨਾਗਰ ਜਨਾ ਨਾਗਰ ਜਨਾ ਨਗਰ ਨਿਵਾਸੀ ਨਗਰ ਨਿਵਾਸੀ ਕਿਆ ਸੰਸਾਰ ਵੀ ਇੱਕ ਨਗਰ ਹੈ ਸਾਰਾ ਸੰਸਾਰ ਨਗਰ ਹੈ ਭਗਤਾਂ ਕਰਕੇ ਇਸ ਸੰਸਾਰ ਦੇ ਨਾਗਰ ਜਨੋ ਸੰਸਾਰ ਦੇ ਲੋਕੋ ਮੇਰੀ ਜਾਤ ਬਖਿਆਤ ਚਮਾਰ ਮੇਰੀ ਕੋਈ ਲੁਕੀ ਛਿਪੀ ਜਾਤ ਨਹੀਂ ਬਖਿਆਤ ਆ ਸਾਰੇ ਲੋਕ ਜਾਣਦੇ ਨੇ ਚਮਾਰ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰ ਮੇਰੀ ਜਾਤ ਕੋਈ ਲੁਕੀ ਛਿਪੀ ਨਹੀਂ ਬਖਿਆਤ ਆ ਸਭ ਲੋਕ ਜਾਣਦੇ ਨੇ ਹਰ ਜਗ੍ਹਾ ਜਗ੍ਹਾ ਚਮਾਰ ਵਸਦੇ ਨੇ ਮਸ਼ਹੂਰ ਜਾਤ ਹੈ ਸਾਰਾ ਹਿੰਦੁਸਤਾਨ ਜਾਣਦਾ ਚਮਾਰ ਕੌਣ ਹੁੰਦੇ ਨੇ ਮੈਂ ਚਮਾਰ ਕਿਉਂ ਕਹਿ ਰਿਹਾ ਮੈਂ ਚਮਾਰ ਸਿਮਰਤੀ ਦਾਅਵਾ ਕੀਤਾ ਹੈ ਹਿੰਦੂ ਮਤ ਦਾ ਕਿ ਚਮਾਰ ਨੂੰ ਗਿਆਨ ਨਹੀਂ ਹੋ ਸਕਦਾ ਚਮਾਰ ਭਗਤ ਨਹੀਂ ਹੋ ਸਕਦਾ ਤਾਂ ਕਹਿ ਰਿਹਾ ਮੈਂ ਚਮਾਰ ਹਾਂ ਉਹ ਝੂਠਾ ਉਹਨਾਂ ਨੂੰ ਕਹਿ ਲਿਆ ਵੀ ਸਿਮਰਤੀਆਂ ਨੂੰ ਆਪਣੀਆਂ ਨੂੰ ਬਦਲ ਲਓ ਹੁਣ 14 ਹੀ ਮਰੂ ਤੁਹਾਡੇ ਗਏ ਖੂਹ ਚ ਆਹ ਕਹਿ ਰਿਹਾ ਉਹ ਇੱਕ ਚਮਾਰ ਨੂੰ ਗਿਆਨ ਹੋ ਜਾਵੇ ਉਹਨਾਂ ਨੂੰ ਮੁੱਕਰਨਾ ਮੁੱਕਰਦੇ ਨੇ ਪਿੱਛੋਂ ਪੰਡਿਤਾਂ ਨੂੰ ਮੁੱਕਰਨਾ ਪਿਆ ਇਹ ਤਾਂ ਜੀ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ ਇਹ ਆਇਆ ਹੋਇਆ ਉਹਨਾਂ ਨੇ ਕਹਾਣੀ ਬਣਾਈ ਕਾਂ ਨੂੰ ਚਮਾਰੇ ਦਿੰਦਾ ਛੱਬੀਆਂ ਹੀ ਨਹੀਂ ਇਹ ਉਹ ਮੁੱਕਰਦੇ ਨੇ ਕਹਿੰਦਾ ਮੈਂ ਚਮਾਰ ਉਹਨਾਂ ਦੀਆਂ ਸਿਮਰਤੀਆਂ ਝੂਠੀਆਂ ਹੁੰਦੀਆਂ ਨੇ ਇਹਨਾਂ ਨੂੰ ਸਮਝੇ ਨਹੀਂ ਹੈ ਗੱਲ ਦੀ ਵੀ ਗੱਲ ਕੀ ਹੈ ਆਮ ਆਦਮੀ ਨੂੰ ਕੀ ਸਮਝ ਹੈ ਕੀ ਗੱਲ ਹੈ ਮੇਰੀ ਜਾਤ ਵਿਖਿਆਤ ਚਮਾਰੰ ਪਰ ਹੋਰ ਕੀ ਹੈ ਕਹਾਂ ਹਿਰਦੇ ਰਾਮ ਗੋਬਿੰਦ ਗੁਣ ਸਾਰੰ ਹਿਰਦੇ ਰਾਮ ਹੈ ਮੇਰੇ ਅੰਦਰ ਰਾਮ ਹੈ ਪ੍ਰਗਟ ਔਰ ਗੋਬਿੰਦ ਦੇ ਸਾਰੇ ਗੁਣਾਂ ਦਾ ਮੈਨੂੰ ਗਿਆਨ ਗੋਬਿੰਦ ਗੁਣ ਸਾਰੰ ਸਾਰ ਗਿਆਨ ਗੋਬਿੰਦ ਦੇ ਟੋਟਲ ਜਿੰਨੇ ਗੁਣ ਨੇ ਉਹਦੀ ਮੈਨੂੰ ਗਿਆਨ ਮੈਨੂੰ ਸਮਝ ਹੈ ਤੁਸੀਂ ਦੱਸੋ ਨਹੀਂ ਤਾਂ ਗੋਬਿੰਦ ਦੇ ਗੁਣ ਤੁਸੀਂ ਦੱਸੋ ਹਿਰਦੇ ਰਾਮ ਜਿਹੜਾ ਹੈਗਾ ਦਿਖਾਓ ਕਿੱਥੇ ਤੁਹਾਡੇ ਝੂਠੇ ਕਰਤੇ ਐਵੇਂ ਨਹੀਂ ਡਨਾਊਸ ਕੀਤੀ ਡਨਾਊਸ ਯਾਦ ਕੀਤੀ ਆ ਜਾਂ ਫੜ ਕੇ ਖੜੇ ਕਰ ਲਏ ਪੰਚਾਇਤ ਦੇ ਵਿੱਚ ਪਰਾਂ 'ਚ ਆ ਦੱਸੋ ਫਿਰ ਹੱਥ ਬੰਨ ਕੇ ਛੁੱਟੇ ਨੇ ਪੰਡਿਤ ਫਿਰ ਨਹੀਂ ਜੀ ਇਹ ਤਾਂ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਤਾਂ ਜੀ ਹੋ ਹੀ ਨਹੀਂ ਸਕਦਾ ਫਿਰ ਆ ਪਾਸਾ ਫੜ ਲਿਆ ਨਾ ਝੂਠੇ ਦਾ ਕੀ ਹੁੰਦਾ ਰਿਹਾ ਰਾਮ ਗੁਣ ਸਾਰੰ ਰਹਾਓ ਸੁਰਸਰੀ ਸਲਲ ਕਿਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਣ ਉਹ ਕਹਿੰਦਾ ਭਾਈ ਚਲੋ ਮੰਨ ਲੈਂਦੇ ਹੋ ਸਰੀਰ ਕਰਕੇ ਤੁਸੀਂ ਨੀਚ ਬੋਲਦੇ ਹੋ ਨੀਚ ਹੀ ਸਹੀ ਸਾਡਾ ਕੰਮ ਆਦੂ ਹੈ ਡੰਗਰ ਲਿਆਉਂਦੇ ਅਸੀਂ ਮਰੇ ਹੋਏ ਤੁਸੀਂ ਇਹਨੂੰ ਨਫ਼ਰਤ ਕਰਨ ਲੱਗੇ ਇਹੀ ਗੱਲ ਹੈ ਆਹ ਜਿਹੜੇ ਦਰਖਤ ਨੇ ਇਹ ਸ਼ਰਾਬ ਹੈ ਜਿਹੜੀ ਬੜੀ ਸ਼ਰਾਬ ਇਹਨੂੰ ਬਾਹਰ ਨਹੀਂ ਕਹਿੰਦੇ ਨੇ ਬਾਹਰ ਉਡੀ ਬਾਹਰ ਉਡੀ ਇਹ ਪਾਣੀ ਹੈ ਇਹਨੂੰ ਪਾਣੀ ਮੰਨਿਆ ਹੋਇਆ ਸੁਰਸਰੀ ਸਲਲ ਕਿਰਤ ਬਾਰਨੀ ਯਾਨੀ ਗੰਗਾ ਦੇ ਪਾਣੀ ਤੋਂ ਵੀ ਜੇ ਸ਼ਰਾਬ ਬਣਾ ਲਈਏ ਗੰਗਾ ਦੇ ਪਾਣੀ ਤੋਂ ਸ਼ਰਾਬ ਕੱਢੀ ਜਾ ਸਕਦੀ ਹੈ ਨਾ ਪਾਣੀ ਗੰਗਾ ਦਾ ਪਾ ਕੇ ਤਾਂ ਵੀ ਉਹਨੂੰ ਬਾਰਨੀ ਨੂੰ ਸੰਤ ਨਹੀਂ ਪੀਂਦੇ ਵੀ ਇਹ ਪਵਿੱਤਰ ਜਲ ਹੈ ਸ਼ਰਾਬ ਨੂੰ ਨਹੀਂ ਪਵਿੱਤਰ ਮੰਨਦੇ ਉਹ ਚਾਹੇ ਗੰਗਾ ਦੇ ਵਿੱਚ ਦਾ ਜਲ ਪਾਇਆ ਹੋਵੇ ਸੰਤ ਜਨ ਗਲਤ ਨਹੀਂ ਪਾਨ ਸੰਤ ਜਨ ਨਹੀਂ ਪਾਨ ਕਰਦੇ ਜੇ ਤੁਹਾਡਾ ਸਰੀਰ ਸ਼ੁੱਧ ਵੀ ਹੈ ਵਿੱਚ ਤੁਹਾਡੇ ਅੰਦਰ ਕੀ ਹੈ ਹੰਕਾਰ ਦਾ ਨਸ਼ਾ ਹੈ ਸ਼ਰਾਬ ਦਾ ਦੇ ਵਿੱਚ ਹੰਕਾਰ ਵਧਾਉਂਦੀ ਹੈ ਤੁਹਾਡੇ ਅੰਦਰ ਦਾ ਹੰਕਾਰ ਹੈ ਤੁਸੀਂ ਬਾਹਮਣਾਂ ਦੇ ਘਰ ਪੈਦਾ ਹੋ ਕੇ ਵੀ
ਇੱਕ ਸ਼ਰਾਬ ਵਰਗੇ ਹੋ, ਜਿਵੇਂ ਸ਼ਰਾਬ ਨੂੰ ਨਫ਼ਰਤ ਕਰਦੇ ਨੇ ਸੰਤ, ਤੁਸੀਂ ਐਂ ਨਫ਼ਰਤ ਦੇ ਕਾਬਲ ਹੋ। ਜਿਵੇਂ ਸੰਤ ਜਨ ਸ਼ਰਾਬ ਨੂੰ ਨਫ਼ਰਤ ਕਰਦੇ ਨੇ, ਤੁਸੀਂ ਇਹ ਸੱਚਖੰਡ ਤੁਹਾਨੂੰ ਐਂ ਨਫ਼ਰਤ ਕਰਦਾ। ਸੱਚਖੰਡ ਵੀ ਸਾਰੇ ਸੰਤ ਨੇ, ਪਰਮੇਸ਼ਰ ਦੇ ਦਰਗਾਹ ਦੇ ਵਿੱਚ ਤੁਹਾਡੇ ਨਾਲ ਐਂ ਨਫ਼ਰਤ ਹੈ ਤੁਹਾਡੇ ਖਿਲਾਫ, ਜਿਵੇਂ ਸ਼ਰਾਬ ਨੂੰ ਸੰਤ ਜਨ ਨਫ਼ਰਤ ਕਰਦੇ ਨੇ। ਚੰਗਾ ਨਹੀਂ ਸਮਝ, ਤੁਹਾਨੂੰ ਕੋਈ ਨਹੀਂ ਚੰਗਾ ਸਮਝਦਾ, ਤੁਹਾਨੂੰ ਭੁਲੇਖਾ ਇਸ ਗੱਲ ਦਾ। ਕੀ ਆ ਜੇ ਤੁਸੀਂ ਪੜ੍ਹਨ ਦੇ ਘਰ ਪੈਦਾ ਹੋ ਗਏ, ਕੀ ਆ ਜੇ ਸ਼ਰਾਬ ਗੰਗਾ ਦਾ ਪਾਣੀ ਪਾ ਕੇ ਕੱਢ ਲਈ ਹੈ ਤਾਂ ਸ਼ਰਾਬ ਏ, ਉਹ ਵਿਗੜ ਗਈ ਬਾਤ ਦੇ ਵਿੱਚ ਤੁਸੀਂ ਵੀ ਵਿਗੜ ਗਏ। ਚੰਗਾ ਆਦਮੀ ਵਿਗੜ ਸਕਦਾ, ਵਿਗੜਿਆ ਹੋਇਆ ਚੰਗਾ ਹੋ ਸਕਦਾ? ਸਾਧ ਤੋਂ ਡਾਕੂ ਬਣ ਸਕਦਾ, ਡਾਕੂ ਤੋਂ ਸਾਧ ਬਣ ਸਕਦਾ? ਸੁਰਾ ਪਵਿੱਤਰ ਨਤ ਅਵਰ ਜਲ ਰਹੇ ਸੁਰਸਰੀ ਮਿਲਤ ਨ ਹੋਏ ਆਨੰਦ। ਹਾਂ, ਸੁਰਾ ਜਿਹੜੀ ਸ਼ਰਾਬ ਹੈ ਇਹ ਤੋਂ ਅਪਵਿੱਤਰ ਹੋਰ ਕਿਸੇ ਵੀ ਜਲ ਨੂੰ ਨਹੀਂ ਬਣਦੇ, ਜਲੇ ਕਹਿਤਾ ਨੂੰ ਵੀ ਕੋਈ ਪਾਣੀ ਹੋ ਆਖਰ ਤਾਂ ਕਹਿਤੇ ਪੌਣ ਪਾਣੀ ਵੀ ਸੰਤ ਰਹਿਣ। ਸੁਰਾ ਪਵਿੱਤਰ ਨਤ ਅਵਰ ਜਲ ਰਹੇ, ਇਹ ਸੁਰਾ ਤੋਂ ਸ਼ਰਾਬ ਤੋਂ ਅਪਵਿੱਤਰ ਕਿਸੇ ਵੀ ਹੋਰ ਜਲ ਨੂੰ ਨਹੀਂ ਬਣਿਆ ਹੋਇਆ ਤੁਹਾਡੇ ਗ੍ਰੰਥਾਂ ਚ, ਉਹਨਾਂ ਦੇ ਗ੍ਰੰਥਾਂ ਦੀ ਗੱਲ ਕਰਦੇ, ਸਿਮਰਤੀਆਂ ਦੀ, ਸਿਮਰਤੀਆਂ ਦੇ ਵਿੱਚ ਨਹੀਂ ਬਣਿਆ ਹੋਇਆ। ਤੁਸੀਂ ਜੇ ਇਹਦੇ 'ਚ ਫਿਰ ਹੋਰ ਗੰਗਾ ਜਲ ਪਾ ਲਈਏ ਤਾਂ ਵੀ ਪਵਿੱਤਰ ਨਹੀਂ ਹੁੰਦੀ ਹੈ। ਸੁਰਸਰੀ ਮਿਲਤ ਨਾ ਹੋਏ ਆਨੰਦ, ਫਿਰ ਵੀ ਉਹੀ ਨਸ਼ਾ ਕਰੂਗੀ, ਚਾਹੇ ਖੂਹ ਦਾ ਪਾਣੀ ਪਾ ਲਓ, ਚਾਹੇ ਗੰਗਾ ਦਾ ਪਾਣੀ ਗੰਗਾ ਜਲ ਪਾ ਲਓ, ਇਹਦਾ ਸੁਭਾਅ ਨਹੀਂ ਬਦਲਦਾ ਸ਼ਰਾਬ ਦਾ। ਪੰਡਿਤ ਗੰਗਾ 'ਚ ਨਾ ਆ ਗਏ, ਤੁਹਾਡਾ ਕਿਹੜਾ ਸੁਭਾਅ ਬਦਲ ਗਿਆ? ਕਾਰੀ ਦਾ ਸੁਭਾਅ ਨਹੀਂ ਬਦਲਦਾ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਗੌਰ, ਸਾਧ ਭਲੇ ਨਹਾਤਿਆਂ ਚੋਰ ਸਚੋਰਾ ਚੋਰ। ਹੰਕਾਰੀ ਹੋ ਤੁਸੀਂ, ਅਸੀਂ ਵੱਡੀ ਕੋਲਾ ਹੈ, ਅਸੀਂ ਬੜੇ ਪੰਡਤ ਹਾਂ, ਇਹ ਜਿਹੜਾ ਹੰਕਾਰ ਹੈ ਤੁਹਾਨੂੰ ਇਹ ਲੈ ਕੇ ਬਹਿ ਗਿਆ, ਗਿਆਨ ਤੁਹਾਡਾ ਖਾ ਗਿਆ ਹੈ। ਪੰਡਤ ਰੋਵੇ ਗਿਆਨ ਗਵਾਏ, ਮੈਨੂੰ ਗਿਆਨ ਹੈ ਤੁਹਾਡੇ ਅੰਦਰ ਹੈ ਨਹੀਂ। ਰਾਮ ਰਹਿੰਦੇ ਗੁਣ ਸਾਰੰਗ, ਮੈਨੂੰ ਗੁਣਾਂ ਦਾ ਗਿਆਨ ਹੈ, ਸਾਰੰਗ ਹੈ, ਸਾਰ ਹੈ, ਤੁਹਾਨੂੰ ਪਤਾ ਹੀ ਨਹੀਂ। ਤੁਸੀਂ ਮੂਰਤੀ ਨੂੰ ਬਣਾਈ ਬੈਠੇ ਹੋ, ਰਾਮ ਬਾਹਰ ਬਣਾਈ ਬੈਠੇ ਹੋ, ਰਾਮ ਅੰਦਰ ਹੈ, ਮੈਨੂੰ ਅੰਦਰਲੇ ਰਾਮ ਦਾ ਵੀ ਗਿਆਨ ਹੈ, ਤੁਸੀਂ ਤੁਹਾਨੂੰ ਅੰਦਰਲੇ ਦਾ ਗਿਆਨ ਨਹੀਂ ਤਾਂ ਬਾਹਰ ਬਣਾਇਆ। ਤੁਸੀਂ ਬਾਹਰ ਕਿਉਂ ਮੰਨਿਆ ਰਾਮ? ਅੰਦਰਲਾ ਖੋ ਗਿਆ ਥੋਤੇ, ਅੰਦਰਲਾ ਖੋ ਗਿਆ ਤਾਂ ਬਾਹਰ ਮੰਨਿਆ ਹੋਇਆ। ਸੁਰਾ ਪਵਿੱਤਰ ਨਾ ਤਵਰ ਜਲ ਰਹੇ ਸੁਰਸਰੀ ਮਿਲਤ ਨਾ ਹੋਏ ਆਨੰਦ। ਹੋਰ ਨਹੀਂ ਬਣ ਜਾਂਦੀ ਸ਼ਰਾਬ, ਉਹੀ ਸ਼ਰਾਬ ਹੀ ਰਹਿੰਦੀ ਹੈ, ਉਹਦਾ ਨਸ਼ਾ ਫਿਰ ਵੀ ਹੋਊਗਾ। ਤਰਤਾਰ ਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ। ਦੂਜੇ ਪਾਸੇ ਆ ਜਾਓ, ਤਾੜੀ ਦਾ ਦਰਖਤ ਹੈ, ਉਹਦੇ ਵਿੱਚੋਂ ਰਸ ਉਹਦਾ ਨਸ਼ਾ ਹੁੰਦਾ। ਤਾੜੀ ਦੇ ਦਰਖਤ ਦਾ ਰਸਾ, ਜਿਹੜੀ ਤਾੜੀ ਹੈ ਉਹ ਨਸ਼ੇਦਾਰ ਹੁੰਦਾ, ਇਸ ਕਰਕੇ ਤਾੜੀ ਦੇ ਦਰਖਤ ਨੂੰ ਅਪਵਿੱਤਰ ਮੰਨਦੇ ਨੇ। ਤਰਤਾਰ ਪਵਿੱਤਰ ਕਰ ਮਾਨੀਏ ਰੇ ਅਪਵਿੱਤਰ ਕਰਕੇ, ਇਵੇਂ ਤੁਸੀਂ ਸਾਨੂੰ ਹਰੀਜਨਾਂ ਨੂੰ ਚਮਾਰਾਂ ਨੂੰ ਅਪਵਿੱਤਰ ਕਰਕੇ ਮੰਨ ਲਓ, ਅਸੀਂ ਤਾੜੀ ਦਾ ਦਰਖਤ ਹਾਂ, ਤੁਸੀਂ ਗੰਗਾ ਪਰ ਬਣ ਗਈ ਸ਼ਰਾਬ, ਗੰਗਾ ਜਲ ਤੇ ਸ਼ਰਾਬ ਬਣ ਗਈ ਨਾ, ਅਸੀਂ ਦਰਖਤ ਤਾੜੀ ਦਾ ਸੀ, ਅਪਵਿੱਤਰ ਦਰਖਤ ਸੀ, ਪਰ ਉਹਦੇ ਪੱਤਿਆਂ ਤੇ ਭਗਾਉਣ ਦੇ ਸ਼ਬਦ ਲਿਖੇ ਗਏ, ਜੈਸੇ ਕਾਗਰਾ ਕਰਤ ਵਿਚਾਰਨ, ਬਸ ਉਹਦੇ ਪੱਤਿਆਂ ਤੇ ਮੇਰੇ ਹਿਰਦੇ ਚ ਪੱਤੇ ਦੇ ਉੱਤੇ ਮੈਂ ਲਿਖ ਲਿਆ ਭਗਵਤ ਭਗਤੀ, ਲਿਖ ਲਈ ਭਗਵਾਨ ਦੀ, ਮੈਂ ਪਵਿੱਤਰ ਹੋ ਗਿਆ, ਤੁਸੀਂ ਅਪਵਿੱਤਰ ਹੋ ਗਏ। ਉਹਨਾਂ ਨੂੰ ਨਮਸਕਾਰ ਕਰਦੇ ਨਹੀਂ ਤੁਸੀਂ, ਫਿਰ ਪੱਤਿਆਂ ਨੂੰ, ਅੱਗੇ ਪੱਤਿਆਂ ਤੇ ਹੀ ਲਿਖਦੇ ਸੀ, ਜਿਹੜੇ ਭੋਜ ਪੱਤਰ ਕਹਿੰਦੇ ਸੀ ਨਾ, ਉਹ ਇਹੀ ਹੁੰਦੇ ਸੀ। ਫਿਰ ਕਹਿੰਦੇ ਜਦ ਭਗਵਤ ਦੇ ਸ਼ਬਦ ਲਿਖੇ ਜਾਂਦੇ ਨੇ ਫਿਰ ਉਹਨਾਂ ਨੂੰ ਕਰਦੇ ਨੀ ਨਮਸਕਾਰ, ਕਹਿੰਦੇ ਕਰਦੇ ਹਾਂ, ਫਿਰ ਅਪਵਿੱਤਰਤਾ ਕਿੱਥੇ ਗਈ? ਦੂਰ ਹੋ ਗਈ। ਬਸ ਐ ਮੈਂ ਹਿਰਦੇ ਦੇ ਉੱਤੇ ਰਾਮ ਰਹਿੰਦੇ ਮੁੱਖ ਸਾਰੰਗ, ਮੈਂ ਉਹ ਲਿਖ ਲਿਆ ਸਭ ਕੁਛ, ਹਿਰਦੇ ਹੀ ਲਿਖ ਲਿਓ, ਮੈਂ ਸਭ ਕੁਛ ਹਿਰਦੇ 'ਚ ਲਿਖ ਲਿਆ, ਤੁਸੀਂ ਹਿਰਦੇ ਦੇ ਵੀ ਤੁਹਾਡੇ ਕੀ ਹੈ? ਹਿਰਦੇ ਵਾਲਾ ਰਾਮ, ਰਾਮ ਹਿਰਦੇ 'ਤੇ ਖੋਇਆ, ਤੁਸੀਂ ਹਿਰਦੇ ਤੋਂ ਰਾਮ ਖੋਤਾ ਬਾਹਰ ਬਣਾ ਲਿਆ, ਤੁਸੀਂ ਅਪਵਿੱਤਰ ਹੋ ਗਏ।
ਤੁਹਾਡੇ ਅੰਦਰ ਕੌਣ ਆਵੜਿਆ? ਤੁਹਾਡੇ ਅੰਦਰ ਆਵੜਿਆ ਰਾਵਣ। ਰਾਮ ਖੋਇਆ ਗਿਆ, ਰਾਵਣ ਆਵੜਿਆ। ਤੁਸੀਂ ਤਾਂ ਬਣ ਗਏ ਰਾਵਣ, ਪੰਡਿਤ ਰਾਵਣੇ ਸੀ ਨਾ, ਪੰਡਿਤ ਰਾਵਣ ਹੀ ਸੀ ਬਸ। ਮੈਂ ਰਾਵਣ ਰਾਵਣ ਨੇ ਸਾਰੇ ਸਾਰੇ ਰਾਵਣ ਦੀ ਔਲਾਦ ਨੇ। ਪੰਡਿਤ ਕਹਿੰਦਾ ਸੀ ਯੁੱਧਿਆ ਲੈਣੀ, ਯੁੱਧਾਂ ਦੇ ਲੱਗਦੇ ਮਾਮੇ ਨੇ, ਯੁੱਧਿਆ ਦਾ ਇਹਨਾਂ ਦਾ ਕੀ ਮਤਲਬ? ਇਹ ਤਾਂ ਵਿਰੋਧੀ ਨੇ ਰਾਮਚੰਦਰ ਦੇ। ਰਾਮਚੰਦਰ ਜਾਂ ਅਯੋਧਿਆ ਆਇਆ, ਇਹਨਾਂ ਨੇ ਤਿਲਕ ਨਹੀਂ ਦਿੱਤਾ ਸੀ, ਤਿਲਕ ਦੇਣਾ ਇਹਨਾਂ ਨੂੰ। ਇਹਨੂੰ ਇਹਨੇ ਬ੍ਰਹਮ ਹੱਤਿਆ ਕੀਤੀ ਹੈ, ਰਾਵਣ ਬ੍ਰਾਹਮਣ ਸੀ ਉਹ ਮਾਰਿਆ ਹੈ। ਇਹ ਤਾਂ ਉਹਦੇ ਧੜੇ ਖੜੇ ਨੇ ਉਦੋਂ ਵੀ, ਉਹ ਬਾਹਰੋਂ ਲਿਆ ਕੇ ਉਹਨੇ ਪੰਡਿਤ ਵਿਚਾਰੇ ਜਿਹੜੇ ਗਰੀਬ ਜੇ ਸੀ ਉਹਨਾਂ ਦੇ ਤਿਲ ਕਰਾਇਆ। ਇਹ ਜਿਹਾ ਰਾਮਚੰਦਰ ਸੀ, ਇਹਨੇ ਤਿਲ ਕਰਾਇਆ। ਤਿਲ ਕਰਾਉਣ ਦੀ ਲੋੜ ਕੀ ਸੀ ਇਹਨਾਂ 'ਤੇ? ਤਿਲ ਕੀਤੇ ਤਾਂ ਰਾਜ ਬਣਦਾ, ਰਾਜ ਤਾਂ ਡੰਗ ਦਾ ਹੁੰਦਾ, ਜਿਹਦੀ ਡੰਗ ਤਗੜੀ ਹੋਵੇ ਰਾਜ, ਉਹ ਤਿਲਕ ਨਾਲ ਰਾਜ ਮਿਲਦੇ ਨੇ। ਜਿਹਦੀ ਡੰਗ ਤਗੜੀ ਹੋਵੇ ਰਾਜ, ਉਹ ਸ਼ਕਤੀਸ਼ਾਲੀ ਸੀ ਭਾਈ, ਸ਼ਕਤੀ ਸੀ ਉਹਨਾਂ ਦੀ, ਉਹਨਾਂ ਦਾ ਰਾਜ ਸੀ। ਫਿਰ ਘੋੜਾ ਨਹੀਂ ਛੱਡਿਆ ਉਹਨਾਂ ਨੇ, ਲਵ ਕੁਛ ਨਹੀਂ ਫੜਿਆ, ਚਲੋ ਘੋੜਾ ਤਾਕਤ ਦੀ ਤਾਂ ਹੀ ਛੱਡਿਆ, ਉਹ ਤਾਂ ਕਰਦੇ ਸੀ ਆਪਸ ਵਿੱਚ ਹੀ। ਰਾਜ ਤਾਂ ਉਹਦੀ ਆਪਣੀ ਸ਼ਕਤੀ ਨਾਲ, ਕੋਈ ਤਿਲਕਾਂ ਨਾਲ ਰਾਜ ਮਿਲਦੇ ਹੁੰਦੇ ਨੇ। ਇਹਨਾਂ ਨੇ ਉਹਦਾ ਵਿਰੋਧ ਕੀਤਾ ਸੀ, ਅੱਜ ਇਹ ਉਹਦੇ ਸਖੇ ਬਣੇ ਬੈਠੇ ਨੇ। ਪੰਡਿਤ ਪੰਡਿਤ ਅੱਜ ਸਖੇ ਬਣੇ ਬੈਠੇ ਨੇ। ਇਹ ਕਦੋਂ ਕਿਹਦੇ ਸਖੇ ਬਣ ਜਾਣ, ਕਿਹਦੇ ਦੁਸ਼ਮਣ ਬਣ ਜਾਣ? ਇਹਨਾਂ ਦਾ ਰਿਕਾਰਡ ਜਿਹੜਾ ਪਿਛਲਾ ਇਹੋ ਜਿਹਾ ਹੀ ਹੈ। ਇਹਦਾ ਚਮੇਰ ਕੜੀਏ ਨੇ ਮੌਕੇ ਦੇ ਰਹੇ, ਜਿੱਥੇ ਮਾਇਆ ਮੁਸਲਮਾਨ ਸੀ ਉਹਨਾਂ ਦੇ ਬਣ ਕੇ ਆ ਕੇ ਅੰਤਰ ਪੂਜਾ ਪੜੇ, ਅੰਤਰ ਪੂਜਾ ਪੜੇ ਕਿਤੇ ਸਜਬ ਤੁਰਕਾ ਭਾਈ ਹਲਾਲ ਕਰਕੇ ਬੱਕਰਾ ਜਾਂ ਜਨੇਊ ਬੋਲਦੇ ਤੇ ਹਲਾਲ ਕੀਤਾ, ਬੱਕਰਾ ਖਾਣ ਲੱਗ ਗਏ। ਬਾਕਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਹਨਾਂ ਨੇ ਜਾਣਾ, ਤਾਂ ਹੀ ਲਿਖਿਆ ਹੋਇਆ। ਇਹ ਤਾਂ ਇਹਨਾਂ ਨੂੰ ਤਾਂ ਮਾਇਆ ਚਾਹੀਦੀ ਹੈ, ਕੋਈ ਧਰਮ ਨਹੀਂ, ਕੋਈ ਇਹਨਾਂ ਦੀ ਗੱਲ ਨਹੀਂ। ਧਰਮ ਨਾਲ ਤਾਂ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ, ਮਾਇਆ ਹੀ ਧਰਮ ਇਹਨਾਂ ਦਾ। ਸੰਸਾਰੀ ਸੱਤਾ ਰਹੇ ਸਾਡੇ ਕੋਲ, ਇਹ ਧਰਮ ਸੰਸਾਰੀ ਸੱਤਾ ਵਾਲੇ ਨਾਲ ਅਸੀਂ ਜੁੜੇ ਰਹੀਏ, ਇਹ ਸਾਡਾ ਇਹਨਾਂ ਦਾ ਇਹ ਧਰਮ, ਹੋਰ ਕੋਈ ਧਰਮ ਨਹੀਂ। ਮਾਇਆ ਧਰਮ ਇਹਨਾਂ ਦਾ ਬਸ। ਮਾਇਆ ਤਾਂ ਬੜਾ ਰੱਬ ਹੈ, ਮੰਨਦੇ ਹੀ ਨਹੀਂ ਕਿਸੇ ਨੂੰ। ਇਹਨਾਂ ਦਾ ਰੁਪਈਆ ਹੀ ਰੱਬ ਹੈ, ਪੈਸਾ ਹੀ ਰੱਬ ਹੈ ਇਹਨਾਂ ਦੀ, ਪੈਸਾ ਹੀ ਸ਼ਕਤੀ ਹੈ, ਗਾਂ ਦੀ ਸੋਚ ਹੀ ਨਹੀਂ ਹੈ ਇਹਨਾਂ ਦੀ। ਇਹ ਹੀ ਪ੍ਰਚਾਰ ਹੈ, ਇਹ ਹੀ ਸਮ੍ਰਿਤੀਆਂ ਦੀ ਗੱਲ ਹੈ। ਵੇਦ ਦਾ ਖਿਲਾਫ ਆਪ ਨੇ, ਤਾਂ ਇਹਦਾ ਕਿਹਾ ਰੋਵੇਂ ਪੰਡਿਤ ਗਿਆਨ ਗਵਾਏ। ਗਿਆਨ ਗਵਾ ਲਿਆ, ਗਿਆਨ ਕਿਉਂ ਗਵਾਇਆ? ਗਿਆਨ ਗਵਾਇਆ ਦੂਜੇ ਪਾਇਆ ਆ ਮਾਇਆ, ਰੱਬ ਬਣਾ ਲਿਆ ਮਾਇਆ ਨੂੰ, ਗਰਭਗੜੇ ਵੇਖਾਇਆ, ਗਰਭ ਹੰਕਾਰ ਹੋ ਗਿਆ। ਉਹੀ ਕਹਿ ਰਿਹਾ ਨਾ ਰਵਿਦਾਸ, ਗਰਭ ਹੈ ਤੁਹਾਡੇ ਅੰਦਰ, ਹੰਕਾਰ ਹੈ, ਗਰਭ ਨਾਲ ਗਲ ਗਏ। ਅੰਦਰ ਕੀ ਆ? ਅੰਦਰ ਵੇਖ ਨਫ਼ਰਤ, ਅੰਦਰੋਂ ਨਫ਼ਰਤ ਹੈ ਮੂੰਹ ਦੇ ਵਿੱਚ, ਮੁੱਖੋਂ ਇਹ ਪੰਡਿਤ ਮਿੱਠੇ, ਜਿੰਨਾ ਪੰਡਿਤ ਮੁੱਖੋਂ ਮਿੱਠਾ ਓਨਾ ਹੀ ਅੰਦਰ ਜ਼ਹਿਰ ਹੈ, ਮੁੱਖੋਂ ਮਿੱਠੇ। ਉੱਥੇ ਵੀ ਕਹਿ ਰਿਹਾ ਸਵਈਆਂ 'ਚ, ਮੁੱਖੋਂ ਇਹ ਪੰਡਿਤ ਮਿੱਠੇ, ਸਨਿਆਸੀ ਮੁੱਖੋਂ ਮਿੱਠੇ ਨਹੀਂ, ਜੋਗੀ ਮੁੱਖੋਂ ਮਿੱਠੇ ਨਹੀਂ, ਪੰਡਿਤ ਮੁੱਖੋਂ ਮਿੱਠੇ ਨੇ, ਤਪੇਸ਼ਰ ਮੁੱਖੋਂ ਮਿੱਠੇ ਨਹੀਂ, ਇਹ ਮੁੱਖੋਂ ਮਿੱਠੇ ਨੇ। ਜਿਹੜਾ ਆਦਮੀ ਮੁੱਖੋਂ ਮਿੱਠਾ ਉਹੀ ਖਤਰਨਾਕ ਹੈ, ਸੱਚਾ ਆਦਮੀ ਮੁੱਖੋਂ ਕੌੜਾ ਹੁੰਦਾ, ਸੱਚ ਕੌੜਾ ਲੱਗਦਾ ਸਭ ਨੂੰ, ਸਭ ਨੂੰ ਕੌੜਾ ਲੱਗਦਾ ਸੱਚ, ਤਾਂ ਹੀ ਕੌੜਾ ਲੱਗਦਾ ਨਾ। ਸੱਚਾ ਆਦਮੀ ਮਿੱਠਾ ਹੋ ਕੇ ਮਿਲ ਜਾਊ, ਉਹਨੇ ਸੱਚ ਬੋਲ ਦੇਣਾ, ਝੂਠੇ ਨੇ ਜਲ ਜਾਣਾ। ਤਰਤਾਰ ਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ। ਜਿਵੇਂ ਆਪਾਂ ਕਾਗਜ਼ ਦੀ ਵਿਚਾਰ ਕਰ ਲੈਂਦੇ ਹਾਂ, ਤਾੜੀ ਦੇ ਦਰਖਤ ਦਾ ਜਿਹੜਾ ਕਾਗਜ਼ ਹੈ, ਉਹ ਤੇ ਜਾਂ ਭਗਵਤ ਭਗਤੀ ਦੇ ਜਿਵੇਂ ਗੁਰਬਾਣੀ ਲਿਖਦੀ ਹੈ ਆਪਾਂ, ਜਾਂ ਕੋਈ ਪਹਿਲਾਂ ਇਹ ਮੰਤਰ ਲਿਖ ਲੈਂਦੇ ਸੀ, ਗ੍ਰੰਥ ਬਣਾ ਲੈਂਦੇ ਸੀ, ਭਗਤੀ ਭਗਵਤ ਲਿਖੀ ਤੇ ਉੱਪਰੇ ਪੂਜੀਏ ਕਰ ਨਮਸਕਾਰ। ਪਰਮੇਸ਼ਰ ਦੀ ਭਗਤੀ ਦੇ ਜਦੋਂ ਆਪਾਂ ਅੱਖਰ ਲਿਖ ਲੈਂਦੇ ਹਾਂ ਉਹਦੇ ਤੇ,
ਤੇ ਫਿਰ ਉਹਨੂੰ ਪੂਜਦੇ ਆ ਨਮਸਕਾਰ ਕਰਕੇ। ਇਹ ਥੋੜ੍ਹੀ ਦੇਖਦੇ ਵੀ ਤਾੜੀ ਦਾ ਦਰਖਤ ਹੈ, ਇਸ ਵਕਤ 'ਤੇ ਲਿਖਿਆ ਹੋਇਆ ਕੀ ਹੈ। ਹੁਣ ਅਸੀਂ ਜੇ ਨਮਸਕਾਰ ਕਰਦੇ ਹਾਂ ਪੋਥੀ ਸਾਹਿਬ ਨੂੰ ਜਾਂ ਗ੍ਰੰਥ ਨੂੰ ਤਾਂ ਅੱਖਰਾਂ ਕਰਕੇ ਕਰਦੇ ਹਾਂ, ਲਿਖਿਆ ਹੋਇਆ ਕੀ ਹੈ, ਕੋਈ ਕਾਗਜ਼ਾਂ ਕਰਕੇ ਥੋੜ੍ਹੀ ਕਰਦੇ ਹਾਂ। ਜੇ ਲਿਖਿਆ ਹੀ ਨਾ ਹੋਵੇ ਜਿੰਨਾ ਚਿਰ ਕੁਛ ਦੇਖਾ ਭਲਾ ਕੋਈ ਪਹਿਲਾਂ ਤਾਂ ਕਾਗਜ਼ ਹੈ ਤੇਰਾ, ਤਾਂ ਲਿਖਿਆ ਗਿਆ ਜਿਹੜਾ ਉਹ ਨਮਸਕਾਰ ਦਾ ਉਹ ਉਸ ਗੱਲ ਨੂੰ ਹੈ ਜਿਹੜੀ ਗੱਲ ਹੈ ਇਹਦੇ ਵਿੱਚ ਗੱਲ ਨੂੰ। ਫਿਰ ਵੀ ਜੇ ਸਮਝ ਆ ਜਾਏ, ਬਾਕੀ ਤਾਂ ਦੇਖਾ ਦੇਖੀ ਮੱਥਾ ਟੇਕਦੇ ਨੇ, ਬਿਨਾਂ ਸਮਝਦੇ ਮੱਥਾ ਟੇਕਦੇ ਨੇ। ਦੇਖਾ ਦੇਖੀ ਇਹ ਦੇਖਾ ਦੇਖੀ ਅਸਲ ਦੇ ਵਿੱਚ ਜਿਹੜੀ ਗਿਆਨ ਹੈ ਕਿਸੇ ਬਿਰਲੇ ਨੂੰ ਹੈ, ਉਹ ਫਿਰ ਹੋਰ ਤਰ੍ਹਾਂ ਦਾ ਉਹਦਾ ਮੱਥਾ ਟੇਕਣਾ ਵੀ ਹੋਰ ਤਰ੍ਹਾਂ ਦਾ, ਉਹਦਾ ਮੱਥਾ ਟੇਕਣਾ ਵੀ ਹੋਰ ਤਰ੍ਹਾਂ ਦਾ। ਉਹਨੇ ਵਾਰ ਤਾਂ ਇੱਕ ਵਾਰ ਸਿਰ ਮੂਹਰੇ ਰੱਖ ਕੇ ਚੱਕਿਆ ਹੀ ਨਹੀਂ ਦੁਬਾਰਾ, ਉਹਨੂੰ ਵਾਰ ਵਾਰ ਟੇਕਣ ਦੀ ਲੋੜ ਨਹੀਂ ਹੁੰਦੀ। ਜਿਹਨੇ ਮੰਨ ਲਿਆ ਬਸ ਉਹ ਹਮੇਸ਼ਾ ਝੁਕਿਆ ਹੋਇਆ ਹੀ ਆ। ਮਨ ਵਿੱਚ ਸਤਿਗੁਰ ਕੇ ਪਾਸ ਸਰੀਰ ਦਾ ਕੀ ਆ, ਸੀਸ ਨਵਾਈਏ ਕਿਆ ਸੀਗੇ ਜਾਂ ਹਿਰਦੇ ਕੋ ਸੁਧਾ ਜਾਏ, ਵਾਰ ਵਾਰ ਸਨ ਬਣਾਈ ਰੋਜ਼ ਨਵਾਈ ਜਾਣਾ ਕੀ ਮਤਲਬ ਹੈ ਇਹਦਾ, ਇਹਦਾ ਰੱਦ ਕੀਤਾ ਹੋਇਆ ਗੁਰਬਾਣੀ 'ਚ। ਜੇ ਹਿਰਦੇ ਤੁਹਾਡੇ ਤੁਸੀਂ ਗੁਰਬਾਣੀ ਨੂੰ ਮੰਨਣਾ ਨਹੀਂ ਚਾਹੁੰਦੇ, ਸਨਵਾਏ ਤੇ ਬਾਅਦ ਪ੍ਰਵਾਨ ਨਹੀਂ ਹੈ ਗੁਰੂ ਘਰ 'ਚ, ਨਹੀਂ ਪ੍ਰਵਾਨ ਹੈ ਸਰ, ਐਸਾ ਮੱਥਾ ਟੇਕਣਾ ਨਹੀਂ ਪ੍ਰਵਾਨ ਹੈ ਕਿਸੇ ਸਿੱਖ ਦਾ। ਜੋ ਮਰਜ਼ੀ ਲਿਖਿਆ ਹੋਵੇ ਸਾਨੂੰ ਕੀ ਲੱਗੇ, ਉਹ ਨਹੀਂ ਸੀ ਚਾਹੁੰਦੇ ਹਰ ਕੋਈ ਸਾਡੇ ਆਵੇ ਹਰ ਰੋਜ਼ ਮੱਥਾ ਟੇਕ ਕੇ ਭੀੜ ਲੱਗੇ, ਉਹਨੂੰ ਲੋੜ ਨਹੀਂ ਸੀ ਇਸ ਗੱਲ ਦੀ, ਤਾਂ ਲਿਖੀਆਂ ਨੇ ਗੱਲਾਂ ਗੁਰਬਾਣੀ 'ਚ ਗੱਲਾਂ ਤਾਂ ਲਿਖੀਆਂ ਨੇ। ਉਹ ਨਹੀਂ ਸੀ ਚਾਹੁੰਦੇ ਵੀ ਐਵੇਂ ਲਾਈਨ ਲੱਗ ਕੇ ਆਵੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਣ ਲੋਕ ਆ ਕੇ, ਅਰ ਬੰਨੇ ਕੋਈ ਬਣਾ ਦੀ ਗੱਲ, ਕੌੜੀਆਂ ਗੱਲਾਂ ਤਾਂ ਲਿਖੀਆਂ ਹੋਈਆਂ ਨੇ। ਪਰ ਕੀ ਕਰੀਏ, ਸਾਨੂੰ ਤਾਂ ਮਾਇਆ ਚਾਹੀਦੀ ਹੈ, ਸਾਨੂੰ ਭੀੜ ਚਾਹੀਦੀ ਹੈ, ਸਾਨੂੰ ਕੀ ਲੱਗੇ ਕੋਈ ਬੰਨੇ ਕੋਈ ਨਾ ਬੰਨੇ, ਸਾਨੂੰ ਚਾਹੀਦੀ ਹੈ ਮਾਇਆ। ਜਿਹਨੇ ਲਿਖਿਆ ਉਹਨੂੰ ਨਹੀਂ ਸੀ ਚਾਹੀਦੀ ਮਾਇਆ, ਇਹ ਉਹਨਾਂ ਨੂੰ ਚਾਹੀਦੀ, ਉਹਨਾਂ ਨੂੰ ਕੁਛ ਹੋਰ ਚਾਹੀਦਾ ਸੀ, ਉਹਨਾਂ ਨੂੰ ਪਰਿਵਰਤਨ ਚਾਹੀਦਾ ਸੀ ਸੰਸਾਰ ਵਿੱਚ। ਉਹਨਾਂ ਨੇ ਇੱਕ ਸਬਜੈਕਟ ਬਣਾਇਆ, ਉਹਨਾਂ ਨੇ ਕੁਛ ਉਹਦੇ ਬਣਾਉਣੇ ਸੀ, ਪੈਦਾ ਕਰਨਾ ਸੀ। ਜੇ ਸਬਜੈਕਟ ਨੂੰ ਕੋਈ ਪੜ੍ਹਦਾ ਲਾਭ ਉਠਾਉਂਦਾ ਉਹਨਾਂ ਨੂੰ ਉਹ ਫਾਇਦਾ ਸੀ, ਆ ਨਹੀਂ ਸੀ ਇਹ ਕੰਮ ਕਰਤਾ ਨਹੀਂ ਸੀ ਬਣਾਇਆ ਸਭ ਕੁਛ ਜਿਹੜਾ ਹੋ ਰਿਹਾ, ਇਹਦੇ ਵਾਸਤੇ ਨਹੀਂ ਸੀ ਉਹਨਾਂ ਨੇ ਕੰਮ ਕੀਤਾ ਜਿਹੜਾ ਅਸੀਂ ਕਰ ਰਹੇ ਹਾਂ। ਅਸੀਂ ਤਾਂ ਆਪਣੇ ਢਿੱਡ ਖਾਤਰ ਕਰ ਰਹੇ ਹਾਂ, ਆਪਣੀ ਚੌਧਰ ਵਾਸਤੇ ਕਰ ਰਹੇ ਹਾਂ। ਉਹ ਅਸਲ ਤੱਕ ਮੁੱਦਾ ਹੀ ਛੱਡ ਦਿੱਤਾ ਸੀ, ਅਸਲ ਦਾ ਮੁੱਦਾ ਹੀ ਛੱਡ ਦਿੱਤਾ। ਹਾਂਜੀ, ਮੇਰੀ ਜਾਤ ਕੁਟਵਾਡਲਾ ਢੋਲ ਢਵੰਤਾ ਨਿਤ ਬਨਾਰਸੀ ਆਸ ਪਾਸਾ। ਮੇਰੀ ਜਾਤ ਕੁਟਵਾਡਲਾ, ਕੁਟਵਾਡਲਾ ਹੁੰਦਾ ਪਸ਼ੂ ਲਿਆਉਣੇ ਉਹਨੂੰ ਕੱਟਣਾ ਉਹਦੇ ਚੱਬ ਲਾਉਣਾ, ਕੁਟਵਾਡਲਾ ਕੁਟਵਾਡ ਕੱਟ ਵੱਢ ਕਰਨੀ ਜੀ। ਢੋਲ ਢਵੰਤਾ ਢੋਲ ਡੰਗਰ ਲਿਆਉਂਦੇ ਚੱਕ ਕੇ ਮਰੇ ਹੋਏ, ਦੇਖੋ ਕੋਈ ਲੋਕਾਂ ਵਾਲੀ ਗੱਲ ਨਹੀਂ ਰੱਖ ਰਹੇ, ਕਰ ਰਹੇ ਨੇ ਉਸ ਵੇਲੇ ਵੀ ਇਹ ਕੰਮ ਕਰ ਰਹੇ ਨੇ। ਕੁਟਵਾਡਲਾ ਢੋਲ ਢੋਲਤਾ ਬਨਾਰਸ ਆਸ ਪਾਸ, ਬਨਾਰਸ ਦੇ ਆਸ ਪਾਸ, ਨਿੱਤੇ ਬਨਾਰਸੀ ਆਸ ਪਾਸ, ਬਨਾਰਸ ਦੇ ਆਸ ਪਾਸ। ਅਬ ਵਿਪਰ ਪ੍ਰਧਾਨ ਤੇ ਕਰੇ ਡੰਡਾਉਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਹੁਣ ਮੈਨੂੰ ਵਿਪਰ ਪ੍ਰਧਾਨ ਨੇ ਜਿਹੜੇ ਡੰਡਾਉਤ ਕਰਦੇ ਨੇ, ਜਿਹੜੇ ਪੰਡਤ ਆ ਜੇ ਵਿਪਰ ਨੇ ਨਾ ਵੱਡੇ ਪ੍ਰਧਾਨ, ਉਹ ਡੰਡਾਉਤ ਕਰਦੇ ਨੇ ਆ ਕੇ ਬਣਾ ਜਿਹੜੇ ਬਨਾਰਸ ਦੇ ਬੜੇ ਬੜੇ ਵਿਪਰ ਸੀ। ਧਰਮ ਦੀ ਜੜ ਬਨਾਰਸ 'ਚ ਹੈ, ਉੱਤਰੀ ਭਾਰਤ ਸਾਰੇ ਭਾਰਤ ਦੀ, ਜਾਂ ਕਸ਼ਮੀਰ ਸੀ ਜਾਂ ਬਨਾਰਸ ਸੀ, ਦੋ ਹੀ ਜਗ੍ਹਾ ਸੀ। ਹਿੰਦੂ ਮਤ ਦੀ ਧਰਮ ਜਿਹੜਾ ਇਹਦੀ ਦੋ ਜਗ੍ਹਾ ਸੀ, ਇਹਦਾ ਸੈਂਟਰ ਚਾਰ ਸੈਂਟਰ ਸੀਗੇ ਇਹਨਾਂ ਦੇ ਯੋਗੀਆਂ ਦੇ, ਉਹ ਅਲੱਗ ਸੀ। ਬਨਾਰਸ ਵਿੱਚ ਵੀ ਸੀ ਯੋਗੀਆਂ ਦਾ ਸੈਂਟਰ, ਪਟਨਾ ਸਾਹਿਬ ਸੀ ਇੱਕ, ਆਪਣੇ ਇੱਧਰ ਸੀ ਅਚਲ ਬਟਾਲੇ, ਅਚਲ ਬਟਾਲੇ ਸੀ ਇੱਕ, ਉੱਧਰ ਹੈ ਨਾਥਦੁਆਰ, ਇਹਨਾਂ ਦੇ ਚਾਰ ਇਹ ਨੇ। ਹੁਣ ਬਨਾਰਸ ਦੇ ਆਸ ਪਾਸ ਵਾਲੇ ਜਿਹੜੇ ਪੰਡਿਤ ਨੇ ਡੰਡੋਤ ਕਰਦੇ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ, ਕਿਉਂਕਿ ਰਵਿਦਾਸ ਹੈ ਜਿਹੜਾ, ਰਵਿਦਾਸ ਉਹਦਾ ਨਾਂ ਹੋ ਗਿਆ ਨਾ,
ਰਵਿਦਾਸ ਦਾਸ ਹੈ, ਵਾਕਈ ਦਾਸ ਹੈ ਇਹ, ਤੇ ਉਹਦਾ ਹੀ ਰਵਿਦਾਸ ਨਹੀਂ ਹੈ, ਹੈ ਉਹ ਦਾਸ, ਰਵਿਦਾਸ ਦਾਸਾ। ਇਸ ਕਰਕੇ ਇਹ ਕਰਦੇ ਨੇ।